ਕੀ ਨਾਮ ਹੈ ਸਰ ਤੁਹਾਡਾ? ਮੈਂ ਸਰ ਸੀਨੀਅਰ ਕਾਂਸਟੇਬਲ ਪਰਮਜੀਤ ਸਿੰਘ ਮੇਰਾ ਨਾਮ ਹੈ ਜੀ। ਕੀ ਮਸਲਾ ਹੋਇਆ ਸਰ, ਵਰਦੀ ਵਗੈਰਾ ਤੁਹਾਡੀ ਫਟੀ ਹੋਈ ਸਰ? ਅਸੀਂ ਨਾ ਚੁੰਗੀ ਨਾਕੇ 'ਤੇ ਖੜੇ ਹੋਏ ਸੀ ਸਰ, ਅਤੇ ਇਹ ਨਾ ਬੁਲਟ 'ਤੇ ਆਇਆ ਇੱਕ ਨੌਜਵਾਨ ਜੀ, ਅਤੇ ਇਹ ਆ ਗਏ ਅਤੇ ਕੁੱਤੇ ਦੇ ਕੁੱਤੀ ਦੇ ਰੋੜਾ ਮਾਰਨ ਲੱਗ ਗਏ, ਕੁੱਤੀ ਦੇ ਰੋੜਾ ਮਾਰਨ ਲੱਗਿਆ। ਮੈਂ ਉਹਨੂੰ ਕਿਹਾ ਵੀ ਨਾ ਇਹਨੇ ਰੋੜਾ ਨਾ ਮਾਰ, ਬੇਜਵਾਨ ਇਹ ਮਰ ਜੂਗੀ, ਉਹ ਸਾਨੂੰ ਗਾਲਾਂ ਕੱਢਣ ਲੱਗ ਗਏ ਸਰ, ਤੁਹਾਡੇ ਰੋੜੇ ਮਾਰਨ ਲੱਗੇ। ਜਦੋਂ ਮੈਂ ਰੁਕਣਾ ਚਾਹਿਆ ਸਰ, ਅਤੇ ਮੇਰੀ SLR ਖੋਣ ਲੱਗ ਗਿਆ ਸਰ, ਉਹਨੇ ਮੇਰੀ ਵਰਦੀ ਪਾੜਤੀ ਸਰ ਉਹਨੇ ਜੀ। ਅੱਛਾ ਜੀ। ਹਾਂਜੀ, SI ਸਾਹਿਬ ਨੇ ਜਦੋਂ ਇਹਨਾਂ ਨੇ ਇਹ ਨੇੜੇ ਇਹਨਾਂ ਛਡਾਉਣ ਦੀ ਕੋਸ਼ਿਸ਼ ਕੀਤੀ ਸਰ, ਇਹਨਾਂ ਦੇ ਵੀ ਰੋੜੇ ਮਾਰੇ ਜੀ ਉਹਨੇ। ਤੋਂ ਬਾਅਦ 'ਚੋਂ ਕਾਫ਼ੀ ਜਣੇ ਆ ਗਏ, ਜਦੋਂ ਭਜਾ ਕੇ ਲੈ ਗਏ ਉਹਨੂੰ ਜੀ, ਮੋਟਰਸਾਈਕਲ ਦਾ ਕਬਜ਼ੇ 'ਚ ਜੀ ਪੁਲਿਸ ਦੇ। ਕੀ ਹੁਣ ਮੰਗ ਕੀ ਕਰਦੇ ਆ ਸਰ? ਬਸ ਉੱਥੇ ਪਰਚਾ ਕੀਤਾ ਜਾਵੇ ਜੀ। ਠੀਕ ਹੈ। ਤੁਹਾਡੇ ਸੱਟਾਂ ਵਗੈਰਾ ਵੀ ਲੱਗੀਆਂ? ਹਾਂਜੀ ਸਰ, ਸੱਟਾਂ ਲੱਗੀਆਂ ਸਰ ਮੇਰੇ। ਹਾਂਜੀ, ਅੱਜ ਜਿਹੜਾ ਤੁਹਾਡੇ ਮਸਲਾ ਹੋਇਆ ਕਾਂਸਟੇਬਲ ਦਾ, ਕੀ ਹੋਇਆ ਜੀ? ਮੇਰਾ SI ਨਾਮ ਸਤਨਾਮ ਸਿੰਘ ਹੈ, ਅਕੈਡਮੀ ਤਣਾਅ 'ਤੇ ਹਾਂ। ਮੈਨੂੰ ਸਰ 2 ਜਣ ਦੇ ਨਾਲ ਨਾਕੇ 'ਤੇ ਲੱਗੇ, ਅਤੇ ਤਕਰੀਬਨ 10:30 ਦੇ ਵਿੱਚ ਹੈਗਾ ਹੈ ਜੀ, ਮੁੰਡਾ ਆਇਆ ਮੋਟਰਸਾਈਕਲ ਬੁਲਟ 'ਤੇ। ਇਹਨੇ ਆਣ ਕੇ ਅਤੇ ਫਿਰ ਮੋਟਰਸਾਈਕਲ 'ਤੇ ਲਾ ਕੇ ਖੜਾ ਕਰਕੇ ਮੋਟਰਸਾਈਕਲ 'ਤੇ ਬੈਠੇ, ਇਹਨੇ ਰੋੜਾ ਫੜ ਕੇ ਅਤੇ ਕੁੱਤੇ 'ਤੇ ਮਾਰਿਆ। ਉਹ ਰੋੜਾ ਜਾ ਕੇ ਸਾਡੇ ਵੱਜਿਆ ਨਾਕੇ 'ਤੇ, ਅਤੇ ਪਰਮਜੀਤ ਨੇ ਇਹਨੂੰ ਕਿਹਾ ਕਿ ਕਿਉਂ ਰੋੜਾ ਤੂੰ ਮਾਰ ਲਿਆ, ਕਿਉਂਕਿ ਰੋੜਾ ਸਾਡੇ ਕਿਤੇ ਲੱਗ ਜਾਂਦਾ। ਅਤੇ ਉਸੇ ਗੱਲੋਂ ਹੋ ਕੇ ਅਤੇ ਰੋੜਿਆਂ 'ਤੇ ਚੜ੍ਹ ਗਿਆ, ਗਾਲਾਂ ਕੱਢਣ ਲੱਗ ਪਿਆ। ਇਹ ਭੱਜ ਕੇ ਫੜਨ ਲੱਗਾ ਉਹਨੂੰ ਬਾਹਰ ਤੋਂ, ਅਤੇ ਉਹਨੇ ਕਰੇ ਪਹਿਲਾਂ ਤਾਂ ਰੋੜਾ ਮਾਰਿਆ, ਮੁੜ ਕੇ ਇਹਦੀ ਵਰਦੀ ਪਾੜਤੀ, ਮੈਂ ਵੀ ਗਾਹ ਖਿਡਾਉਣ ਵਾਸਤੇ, ਅਤੇ ਉਹ ਮੁੜ ਕੇ SLR ਫੋਨ ਪੈ ਗਿਆ। ਉੱਧਰੋਂ ਮੁੜ ਕੇ ਉਹਦੇ ਨਾਲ ਦੇ ਹੋਰ ਸਾਥੀ ਵੀ ਆ ਗਏ। ਕਿੰਨੇ ਜਣੇ ਸੀ ਉਹ ਬਾਅਦ 'ਚ ਆਏ ਜਿਹੜੇ? ਕਾਫੀ ਆ ਗਏ, 20-25 ਜਣੇ ਆ ਗਏ, ਲੇਡੀਜ਼ ਪਾ ਕੇ ਸਾਰੇ ਕਾਫੀ ਜਣੇ ਆ ਗਏ। ਅਤੇ ਬੁਲਟ ਮੋਟਰਸਾਈਕਲ ਨੰਬਰ ਹੈ? ਨੰਬਰ ਨੋਟ ਕੀਤਾ ਉਹਦਾ ਜੀ, PB08 ਫੜਿਆ ਫੜਿਆ ਕਿ ਫਰਾਰ ਹੋ ਗਿਆ? ਫੜਿਆ ਮੁਰਦਾ ਬਣ ਗਿਆ ਜੀ। ਅੱਛਾ ਜੀ, ਅਤੇ ਅਗਲੀ ਕਾਰਵਾਈ ਕੀ ਹੈ ਸਰ? ਅਗਲੀ ਕਾਰਵਾਈ ਅਸੀਂ ਕਹਿੰਦੇ ਵੀ ਜੋ ਸਾਫ ਮਿਲਣਾ ਚਾਹੀਦੀ ਕਾਰਵਾਈ ਬਣ ਜਾਏਗੀ। ਅੱਛਾ, ਮਾਤਾ ਦਾ ਇਹ ਹਾਲਤ ਪਬਲਿਕ ਦਾ ਕੀ ਹਾਲ ਹੋਊਗਾ ਜੀ? ਕਹਿੰਦੇ ਰਫਲ ਵਗੈਰਾ ਵੀ ਖੋਣ ਲੱਗਾ ਹੈ, SLR ਖੋਣ ਕੀਤੀ ਹੈ ਜੀ। ਜਿੱਦਾਂ ਹੁਣ ਇੱਕ ਆਮ ਪਬਲਿਕ ਨੂੰ ਕੀ ਹੋਊਗਾ ਜੇ ਪੁਲਿਸ ਵਾਲੇ ਨਹੀਂ ਸੇਫ, ਤਾਂ ਉਹਦੇ ਬਾਰੇ ਕੀ ਕਹਿਣਾ? ਤੇ ਹੈ ਹੀ ਹੈ ਜੀ, ਜੇ ਮੈਂ ਸੇਫ ਦੀ ਪਬਲਿਕ ਤਾਂ ਸੇਫ ਹੋ ਸਕਦੀ ਹੋਈ, ਕਿਉਂਕਿ ਕਾਫੀ ਅੱਗੇ ਵੀ ਪਹਿਲਾਂ ਇਹਨਾਂ ਦੇ ਚਾਂਸ ਹੋਏ ਨੇ, ਮਤਲਬ ਕਿ ਅੱਗੇ ਵੀ ਆਣ ਕੇ ਤਾਂ ਮੰਦਾ ਪੰਦਾ ਨਹੀਂ ਸੀ ਗਿਆ ਮੰਦਾ, ਉਹ ਮੰਦਾ ਮਤਲਬ ਕਿ ਤਕਰੀਬਨ ਇਹੋ ਕੰਮ ਹੁੰਦਾ। ਹਾਂਜੀ, ਇੱਕ ਕਰੀਬ 10 ਵਜੇ ਮੈਨੂੰ ਪਤਾ ਲੱਗਿਆ ਸੀਗਾ ਵੀ ਨਾਕਾ ਚੁੰਗੀ ਜਿਹੜਾ ਆਪਣੇ ਇੱਥੇ ਹੈਗੇ ਆ ਰੇਲਵੇ ਰੋਡ 'ਤੇ ਜਿਹੜੇ ਕਿਰੇ ਆ ਨਾਕਾ ਲਾਇਆ ਸੀਗਾ, ਜਿਹੜੇ ਉੱਥੇ ਟ੍ਰੇਨਿੰਗ ਕਰਦੇ ਆ, ਅਤੇ 3 ਜਣ ਸੀਗੇ ਨਾਕੇ 'ਤੇ। ਉੱਧਰੋਂ ਕੋਈ ਕਿਰੇ ਵੱਲੋਂ ਕੋਈ ਬੰਦਾ ਆਇਆ ਅਤੇ ਉਹ ਕੁੱਤੇ ਵਗੈਰਾ ਸੀਗਾ ਉੱਥੇ, ਉਹਦੇ ਟੋਕਾ ਮਾਰਨ ਲੱਗ ਪਿਆ। ਇਹਨਾਂ ਨੇ ਰੁਕ ਲਿਆ ਅਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਰੁਕਿਆ ਵੀ ਆ, ਅਤੇ ਉਹ ਸ਼ਰਾਬੀ ਕਾ ਹਾਲਤ ਵਿੱਚ ਕਾਫੀ ਸੀਗਾ, ਜਿਸ ਨੇ ਇਹਨਾਂ ਦੇ ਕਹਿਣ 'ਤੇ ਰੋਕਣ ਦੇ ਇੱਕ ਮੁਲਾਜ਼ਮ ਜੋ ਆਪਣਾ ਸੀਨੀਅਰ ਕਾਂਸਟੇਬਲ ਸੀਗਾ ਸਤਨਾਮ ਸਿੰਘ ਪਰਮਜੀਤ ਸਿੰਘ, ਅਤੇ ਉਹਦੇ ਗਲ ਪੈ ਗਿਆ, ਉਹਦੀ ਸਾਰੀ ਜਿਹੜੀ ਵਰਤੀ ਉਹਦੇ ਪਾ ਦਿੱਤੀ ਹੈ, ਅਤੇ ਉਹਦਾ ਜੋ ਵੀ ਉਸ ਕੋਲ ਵੈਪਨ ਸੀਗਾ ਸ਼ਾਇਦ ਖੋਣ ਦੀ ਕੋਸ਼ਿਸ਼ ਕੀਤੀ, ਉਹਨੂੰ ਕਲੀਅਰ ਨਹੀਂ ਕੀਤਾ। ਬਾਕੀ ਉਹ ਦਾਖਲ ਹੋਇਆ ਜੋ MLA ਦੇ ਮੁਤਾਬਕ ਜੋ ਵੀ ਜੱਟ ਆਊਗਾ ਉਹ 'ਤੇ ਅਸੀਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਅਤੇ ਇਸ ਨਾਲ ਮੋਟਰਸਾਈਕਲ ਭੱਜ ਗਿਆ, ਉਹ ਰਾਊਂਡਅਪ ਕਰ ਰਿਹਾ ਹੈ, ਮੋਟਰਸਾਈਕਲ ਤੋਂ ਇਹ ਬੰਦਾ ਟ੍ਰੇਸ ਹੋ ਗਿਆ। ਸੰਜੇ ਨਾਮ ਦਾ ਵਿਅਕਤੀ ਆ ਇਹ, ਉੱਚੀ ਘੱਟੀ ਦਾ ਪਲੋਟ ਦਾ ਰਹਿਣ ਵਾਲਾ, ਇਸਨੂੰ ਜਲਦੀ ਜਲਦੀ ਗ੍ਰਿਫਤਾਰ ਕਰਕੇ ਇਸਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਤੇ ਅੱਗੇ ਤੋਂ ਵੀ ਮੈਂ ਇਸ ਆਪਣੇ ਫਲੋਰ ਕਸਬਾ ਜਾਂ ਨਿਵਾਸੀਆਂ ਨੂੰ ਜਾਂ ਹੋਰ ਭੈੜੇ ਅਰਸਰਾਂ ਨੂੰ ਇਹ ਗਾਹ ਕਰਨਾ ਚਾਹੁੰਦਾ ਹਾਂ, ਜੇਕਰ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਕੋਈ ਮੁਲਾਜ਼ਮ 'ਤੇ ਗੱਲ ਪਊਗਾ ਉਸ 'ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇੱਕ ਤੁਹਾਡੇ ਕੋਲ ਪੇਸ਼ੈਂਟ ਆ ਸਰ, ਉਹਦੇ ਸੱਟਾਂ ਵਗੈਰਾ ਲੱਗੀਆਂ, ਪੁਲਿਸ ਮੁਲਾਜ਼ਮ ਕਿੰਨੀ ਕੁ ਸੱਟ ਆ, ਕੀ ਸਾਰਾ ਮਾਮਲਾ? ਪਰਮਜੀਤ ਸਿੰਘ ਪੁਲਿਸ ਮੁਲਾਜ਼ਮ ਆਏ ਆ ਸਾਡੇ ਕੋਲ, ਠੀਕ ਆ, 34 ਸਾਲ ਇਹਨਾਂ ਦੀ ਉਮਰ ਆ, ਅਤੇ ਬਲੀਡਿੰਗ ਹੋ ਰਹੀ ਸੀਗੀ ਇਹਨਾਂ ਦੇ, ਠੀਕ ਹੈ, 9 ਵਗੈਰਾ ਦੇ ਨਿਸ਼ਾਨ ਆ ਛਾਤੀ 'ਤੇ ਅਤੇ ਬਾਹਾਂ 'ਤੇ, ਅਤੇ ਔਨ ਡਿਊਟੀ ਸੀਗੇ, ਅਤੇ ਇਹਨਾਂ ਨਾਲ ਐਜ਼ ਦੇ ਹੈਵ ਗਿਵਨ ਅਸ ਦਾ ਇਨਫੋਰਮੇਸ਼ਨ ਅਸੋਲਟ ਦੀ ਹਿਸਟਰੀ ਦਿੱਤੀ ਹੈ ਅਤੇ ਪਰਚਾ ਕੱਟ ਹੋਇਆ।